ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਣਾ ਵਿੱਚ ਆਮ ਆਦਮੀ ਪਾਰਟੀ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪਾਵਰਕੌਮ ਦੇ ਇੱਕ ਜੇਈ ਨੂੰ 5000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ। ਜੇਈ ਨੇ ਕਿਸਾਨ ਕੋਲੋਂ ਕੰਬਾਈਨ ਨਾਲ ਟੁੱਟੀ ਤਾਰ ਜੋੜਨ ਬਦਲੇ ਅਤੇ ਕਾਰਵਾਈ ਦਾ ਡਰ ਦਿਖਾ ਕੇ 15000 ਰੁਪਏ ਰਿਸ਼ਵਤ ਮੰਗੀ ਸੀ। ਪੁਲਿਸ ਨੇ ਜੇਈ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਜੋ ਅੱਜ ਘਟਨਾ ਹੋਈ ਹੈ ਜੀ, ਕੰਬਾਈਨ ਆ ਰਹੀ ਸੀ ਸਾਡੀ ਸੜਕ ਤੇ, ਕੁਦਰਤੀ ਅਚਾਨਕ ਅੱਗੇ ਵੀ ਮਸ਼ੀਨ ਉੱਥੇ ਲੰਘਦੀ ਹੈ ਜੀ, ਤਾਰ ਟੁੱਟ ਗਈ ਮਸ਼ੀਨ ਗਿਲ ਤੇ ਲਾਈਟ ਚੱਲ ਰਹੀ ਸੀ। ਸਾਡੇ ਬੰਦੇ ਜੋ ਕਿ ਮੌਕੇ ਤੇ ਬਚ ਗਏ, ਮਸ਼ੀਨ ਨੂੰ ਥੋੜੀ ਅੱਗ ਵੀ ਲੱਗੀ ਮੂਲੀ। ਚਲੋ ਅੱਗ ਲੱਗਣ ਦੇ ਕਾਰਨ ਉਹ ਤੋਂ ਬਾਅਦ ਅਸੀਂ, ਸਾਡੇ ਕੋਲ ਫੋਨ ਆਇਆ ਜੀ ਲਾਈਨਮੈਨ ਦਾ ਆਨੰਦਪੁਰ ਕਲੋੜ ਤੋਂ, ਉਹਨਾਂ ਗੱਲ ਅਸੀਂ ਗੱਲਬਾਤ ਕਰੀ, ਉਹਨਾਂ ਨੇ ਸਾਨੂੰ 35 ਸੱਟੋ ਕਹਿੰਦੀ ਤੁਹਾਡੇ ਤੇ ਕਾਰਵਾਈ ਹੋਊਗੀ। ਚਲੋ ਮੈਂ ਜੇਈ ਸਾਹਿਬ ਗੱਲ ਗੱਲ ਕਰੀਏ, ਕਹਿੰਦੇ ਵੀ ਦਫ਼ਤਰ ਆ ਜੇ। ਚਲੋ ਮੈਂ ਦਫ਼ਤਰ ਆਇਆ ਜੇਈ ਸਾਹਿਬ, ਕਹਿੰਦੇ ਵੀ ਤੁਹਾਡੀ ਦੀ ਮਸ਼ੀਨ ਮੈਂ ਕਿਹਾ ਵੀ ਮੇਰੀ ਸੀ। ਚਲੋ ਗੱਲਬਾਤ ਕਰਦੇ ਕਰਾਉਂਦੇ ਜੀ, ਕਹਿੰਦੇ ਵੀ ਦੱਸੋ ਕਿਸ ਤਰ੍ਹਾਂ ਕਰਨਾ। ਮੈਂ ਕਿਹਾ ਜੀ ਤੁਸੀਂ ਦੱਸ ਦਿਓ। ਕਹਿੰਦੇ ਵੀ 15000 ਰੁਪਇਆ ਲੱਗੂਗਾ। ਕੀ ਨਾਮ ਹੈ ਜੇਈ ਦਾ? ਜੇਈ ਦਾ ਦੀਪ ਹੈ ਜੀ। ਤੇ ਉਹ ਤੋਂ ਬਾਅਦ ਦੇ ਵਿੱਚ ਜੀ ਫਿਰ ਕਰਦੇ ਕਰਾਉਂਦੇ ਜੀ 10000 ਤੇ ਆ ਗਿਆ, 10 ਤੋਂ 5 ਪਰ ਆ ਗਿਆ। ਮੈਨੂੰ, ਮੈਂ ਫੋਨ ਤੇ ਗੱਲ ਕਰਾਉਣ ਲੱਗਿਆ ਤਾਂ ਮੇਲੇ ਸਾਹਿਬ ਦੀ, ਫਿਰ ਮੈਨੂੰ ਕਹਿੰਦਾ ਵੀ ਫੋਨ ਮੇਰੇ ਤੇ ਰੱਖ ਦੇ, ਕਹਿੰਦਾ ਮੈਂ ਗੱਲ ਨਹੀਂ ਕਰਨੀ। ਚਲੋ ਨਾ ਗੱਲ ਕਰੀ, ਮੈਂ ਮੇਲੇ ਸਾਹਿਬ ਨੂੰ ਗੱਲ ਕਰੀ, ਇਹਨਾਂ ਨੇ ਮੌਕੇ ਤੇ ਜਦੇ ਐਕਸ਼ਨ ਲਿਆ, ਜਦੇ ਇਹ ਪਹੁੰਚ ਗਏ ਮੇਰੇ ਕੋਲ, ਤੇ ਮੈਂ 5000 ਦੇ ਨੋਟ ਸੀਰੀਅਲ ਨੰਬਰ ਨੋਟ ਕਰਕੇ ਜਦੇ MLA ਸਾਹਿਬ ਉੱਥੇ ਸਾਡੇ ਕੋਲ ਪਹੁੰਚੇ। MLA ਰੁਪਿੰਦਰ ਹੈਪੀ ਨੇ ਦੱਸਿਆ ਕਿ ਇਹ ਬੜੀ ਸ਼ਰਮਨਾਕ ਗੱਲ ਹੈ ਕਿ ਪੰਜਾਬ ਵਿੱਚ ਹਾਲੇ ਵੀ ਅਫਸਰਸ਼ਾਹੀ ਰਿਸ਼ਵਤ ਲੈਣ ਤੋਂ ਨਹੀਂ ਹਟ ਰਹੀ। ਉਹਨਾਂ ਨੂੰ ਕਿਸਾਨ ਨੇ ਫੋਨ ਕਰਕੇ ਦੱਸਿਆ ਸੀ ਕਿ ਜੇਈ ਉਹਨਾਂ ਨੂੰ ਧਮਕੀ ਦੇ ਕੇ 15000 ਰੁਪਏ ਮੰਗ ਰਿਹਾ ਹੈ। ਗੱਲ 5000 ਉੱਪਰ ਮੁੱਕੀ ਤਾਂ ਜਦੋਂ ਜੇਈ ਨੇ ਰਿਸ਼ਵਤ ਲਈ ਤਾਂ ਮੌਕੇ ਤੇ ਉਸ ਨੂੰ ਫੜ ਲਿਆ ਗਿਆ। ਅੱਜ ਇੱਕ ਜਿਹੜਾ ਮੈਨੂੰ ਲੱਗਦਾ ਕਿ ਬੜਾ ਮਾੜਾ ਹੋਇਆ, ਜਿਹੜੇ ਇੱਕ ਮੁਲਾਜ਼ਮ ਜਿਹੜੇ ਏਦਾਂ ਦੀਆਂ ਰਿਸ਼ਵਤਾਂ ਲੈਂਦੇ ਫੜੇ ਜਾਂਦੇ ਨੇ। ਸੋ ਮੈਨੂੰ ਲੱਗਦਾ ਸੀ ਕਿ ਬਹੁਤ ਫਰਕ ਪੈ ਰਿਹਾ, ਪਰ ਜਦੋਂ ਏਦਾਂ ਦੀ ਗੱਲ ਕਰਦੇ ਨੇ ਤੇ ਉਹਦੇ ਲਈ ਬੜਾ ਸਾਨੂੰ ਵੀ ਸ਼ਰਮਨਾਕ ਲੱਗਦਾ ਕਿ ਪੰਜਾਬ ਦੇ ਵਿੱਚ ਹਜੇ ਵੀ ਸੁਧਾਰ ਜਿਹੜਾ ਕਹਿ ਰਹੇ ਹਾਂ ਆਪਾਂ ਚੱਲ ਰਿਹਾ, ਪਰ ਕੁਛ ਕੁ ਬੰਦੇ ਖਰਾਬੀਆਂ ਕਰਦੇ ਨੇ। ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਸਖ਼ਤ ਦਿਸ਼ਾ ਨਿਰਦੇਸ਼ ਨੇ ਕਿ ਕਰਪਸ਼ਨ ਨੂੰ ਜਿਹੜੀ ਠੱਲ ਪਾਈ ਜਾਣੀ ਹੈ। ਸੋ ਇਸ ਦੇ ਤਹਿਤ ਇੱਕ ਕਿਸਾਨ ਸਾਡੇ ਭਰਾ ਨੇ, ਉਹਨਾਂ ਨੇ ਫੋਨ ਕੀਤਾ, ਪਤਾ ਲੱਗਿਆ ਉਹਨਾਂ ਤੋਂ ਕਿ ਇੱਕ ਉਹਨਾਂ ਦੇ ਖੇਤ ਦੇ ਵਿੱਚ ਤਾਰ ਟੁੱਟ ਗਈ ਸੀ ਅੱਗ ਲੱਗ ਗਈ ਕੰਬਾਈਨ ਨੂੰ। ਉਹਨਾਂ ਨੇ ਜੇਈ ਸਾਹਿਬ ਨਾਲ ਕੰਟੈਕਟ ਕੀਤਾ ਤੇ ਜੇਈ ਸਾਹਿਬ ਨੇ ਦੱਸਿਆ ਕਿ ਭਾਈ ਤੁਹਾਡੇ ਤੇ ਪਰਚਾ ਆਊਗਾ। ਉਹ ਕਹਿੰਦਾ ਵੀ ਕਿਹੜੀ ਗੱਲ ਆਈ ਏਦਾਂ ਨਾ। ਉਹ ਫਿਰ ਉਹਨਾਂ ਨੇ ਪੈਸਿਆਂ ਦੀ ਮੰਗ ਕੀਤੀ 15000 ਦੀ, ਫਿਰ 10000 ਤੇ ਆ ਗਏ। ਚਲੋ ਉਹ ਕਹਿੰਦੇ ਵੀ MLA ਸਾਹਿਬ ਨਾਲ ਗੱਲ ਕਰ ਲਓ। ਉਹਨਾਂ ਨੇ ਫੋਨ ਫੜ ਕੇ ਜਿਹੜਾ ਸਾਈਡ ਤੇ ਰੱਖਤਾ, ਕਹਿੰਦੇ ਵੀ ਨਹੀਂ, ਹਾਲਾਤ ਇਹ ਹੋ ਗਏ ਕਿ ਉਹਨੂੰ 5000 ਰੁਪਏ ਜਿਹੜਾ ਉਹ ਦੇਣਾ ਪੈ ਗਿਆ। ਸਾਨੂੰ ਪਤਾ ਲੱਗਿਆ, ਅਸੀਂ ਮੌਕੇ ਤੇ ਪਹੁੰਚੇ ਤੇ ਜੇਬ ਦੇ ਵਿੱਚ ਜਿਹੜੇ ਉਹੀ ਨੋਟ ਸੀਗੇ, ਉਹਨਾਂ ਦੀ ਫੋਟੋ ਸਟੇਟ ਕਰਵਾ ਲਈ ਸੀ ਨੋਟਾਂ ਦੀ। ਤੇ ਮੌਕੇ ਦੇ ਉੱਤੇ ਜਿਹੜੀ ਸਾਡੇ ਪੁਲਿਸ ਜਿਹੜੀ ਪ੍ਰਸ਼ਾਸਨ ਆ ਉਹ ਪਹੁੰਚ ਚੁੱਕਿਆ ਸੀਗਾ, ਉਹਨਾਂ ਨੂੰ ਬਰਾਮਦਗੀ ਕਰਵਾਈ ਗਈ ਹੈ ਤੇ ਉਹ ਸਾਰਾ ਕੁਛ ਨਾਲ ਰਿਕਾਰਡ ਕੀਤਾ ਗਿਆ, ਆਪਣਾ ਮੈਚ ਕੀਤਾ ਗਿਆ, ਉਹਦੇ ਉਹ ਦੇਖਿਆ ਗਿਆ, ਸਾਰੇ ਨੰਬਰਾਂ ਨੋਟਾਂ ਦੇ ਨੰਬਰ ਵੀ ਉਹੀ ਸੀ, ਸਾਰਾ ਕੁਛ ਸੀ। ਅਤੇ ਬੜੀ ਸ਼ਰਮ ਦੀ ਗੱਲ ਆ, ਇੱਕ ਮੁਲਾਜ਼ਮ ਦੇ ਲਈ ਜਿਹਨੂੰ ਤਨਖਾਹ ਵੀ ਮਿਲਦੀ ਹੈ ਸਾਰਾ ਕੁਛ ਹੈ, ਪਰ ਇੱਕ ਆਮ ਲੋਕਾਂ ਦੇ ਉੱਤੋਂ ਪੈਸੇ ਲੈਣੋਂ ਨਹੀਂ ਹਟਦੇ। ਪਹਿਲਾਂ ਹੀ ਕਿਸਾਨਾਂ ਦਾ ਬੁਰਾ ਹਾਲ ਹੋਇਆ ਪਿਆ, ਕਣਕ ਦਾ ਤੁਹਾਨੂੰ ਪਤਾ ਝਾੜ ਘੱਟ ਹੈ, ਅਤੇ ਪਹਿਲੇ ਮੰਦੀ ਦੀ ਹਾਲਾਤ 'ਚ ਆ। ਬਹੁਤ ਮੈਨੂੰ ਉਦੋਂ ਦੁੱਖ ਲੱਗਾ ਜਦੋਂ ਬਾਪੂ ਜੀ ਕਹਿੰਦੇ ਵੀ ਮੇਰੀ ਕਮਾਈ ਸੀਗੀ ਇਹ, ਜਦੋਂ ਪਹਿਲਾਂ ਪੈਸੇ ਪੇਮੈਂਟ ਪਈ ਹੋਣੀ ਉਹਨਾਂ ਨੂੰ ਜੀ ਕਣਕ ਦੀ, ਅਤੇ ਉਹ ਪਹਿਲੇ ਵਿੱਚੋਂ ਕਢਾ ਕੇ ਰਿਸ਼ਵਤ ਲਈ ਪੈਸੇ ਦੇਣਾ। ਸੋ ਬੜੀ ਮਾੜੀ ਗੱਲ ਸੀ ਜੇਈ ਦੇ ਲਈ। ਉਸ ਜੇਈ ਨੂੰ ਆਪਾਂ ਨੇ ਪੁਲਿਸ ਜਿਹੜੀ ਆ ਉਹਦੀ ਸਹਾਇਤਾ ਦੇ ਨਾਲ ਅੰਦਰ ਕੀਤਾ ਗਿਆ ਅਤੇ ਬਣਦੀ ਕਾਨੂੰਨੀ ਕਾਰਵਾਈ ਹੋਈ ਆ, ਸਖ਼ਤ ਤੋਂ ਸਖ਼ਤ ਕਾਰਵਾਈ ਜਿਹੜੀ ਉਹਦੇ ਖਿਲਾਫ਼ ਹੋਊਗੀ, ਕਿਉਂਕਿ ਇਹਦੇ 'ਚ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹਦੇ ਤਹਿਤ ਜਿਹੜੇ ਸਖ਼ਤ ਤੋਂ ਸਖ਼ਤ ਕਾਰਵਾਈ ਜਿਹੜੀ ਆ ਇਹਦੇ 'ਤੇ ਹੋਣੀ ਚਾਹੀਦੀ। ਜੇਈ ਦੇ ਖਿਲਾਫ਼ ਕੋਈ ਪਹਿਲਾਂ ਵੀ ਕੋਈ ਕੰਪਲੇਂਟ ਵਗੈਰਾ ਆਈ ਸੀ? ਕੰਪਲੇਂਟਾਂ ਇੱਦਾਂ ਜੀ, ਕਿਤੇ ਜਿੱਥੇ ਮੀਟਰ ਲੱਗਣਾ ਨਹੀਂ ਲੱਗਣਾ, ਥੋੜ੍ਹਾ ਜਿਹਾ ਮੈਨੂੰ ਪਤਾ ਲੱਗਿਆ ਸੀ, ਅੱਜ ਹੀ ਮੈਨੂੰ ਪਤਾ ਲੱਗਿਆ ਸੀ ਕਿ ਇੱਦਾਂ ਕਰ ਰਹੇ ਹਾਂ, ਅਤੇ ਮੈਂ ਮੇਰੀ ਆਦਤ ਆ ਇੱਕ ਵਾਰੀ ਅਗਲੇ ਨੂੰ ਕਹਿ ਦਈਦਾ ਵੀ ਇੱਦਾਂ ਨਾ ਕਰੋ ਜੀ, ਤੁਸੀਂ ਸਹੀ ਚਲੋ। ਪਰ ਜੇ ਹੁਣ ਨਹੀਂ ਬੰਦਾ ਇਸ ਗੱਲ 'ਤੇ ਹਟਦਾ, ਨਹੀਂ ਆਉਂਦਾ, ਤਾਂ ਕਿਤੇ ਨਾ ਕਿਤੇ ਅੱਗੇ ਤੁਹਾਨੂੰ ਪਤਾ ਹੀ ਹੈ ਜੀ, ਪਾਪ ਦਾ ਘੜਾ ਭਰ ਜਾਂਦਾ। ਸੋ ਅੱਜ ਜਿਹੜਾ ਇਹਨਾਂ ਨੇ ਕੀਤਾ ਤਾਂ ਮਾੜਾ ਕੀਤਾ, ਅਤੇ ਮੈਨੂੰ ਲੱਗਦਾ ਇਹਦੀ ਸਜ਼ਾ ਜਿਹੜੀ ਉਹਨੂੰ ਬਣਦੀ ਉਹ ਮਿਲੂਗੀ। ਸਰ ਜਿਵੇਂ ਤੁਸੀਂ ਵਰਕ ਕਰ ਰਹੇ ਹੋ ਇੱਦਾਂ ਹੀ ਕਰਦੇ ਰਹੋਗੇ? ਵੀ ਇਹ ਮੇਰੀ ਡਿਊਟੀ ਹੈ ਜੀ, ਇਹ ਜਿਵੇਂ ਹਰ ਬੰਦਾ ਆਪਣੀ ਡਿਊਟੀ ਕਰਦਾ, ਜਿੰਨੀ ਦੇਰ ਮੈਨੂੰ ਸੰਗਤ ਨੇ ਡਿਊਟੀ ਦਿੱਤੀ ਆ, ਲੋਕਾਂ ਨੇ ਡਿਊਟੀ ਦਿੱਤੀ ਆ, ਅਤੇ ਮੈਂ ਕਿਸੇ ਨਾਲ ਮਾੜਾ ਨਹੀਂ ਕਰਨਾ ਚਾਹੁੰਦਾ, ਪਰ ਮੈਂ ਇਹ ਚਾਹੁੰਦਾ ਵੀ ਤੁਸੀਂ ਜਿਹੜਾ ਵੀ ਆਪਣੀ ਡਿਊਟੀ ਕਰਦਾ ਉਹ ਬਿਲਕੁਲ ਡਿਊਟੀ ਸਹੀ ਤਰੀਕੇ ਨਾਲ ਕਰੇ। ਮਾਮਲਾ ਇਹ ਹੈ ਵੀ ਸਾਡੇ ਕੋਲ ਅੱਜ ਇੱਕ ਕੰਪਲੇਂਟ ਆਈ ਸੀ ਸਤਨਾਮ ਸਿੰਘ, ਉਹਨਾਂ ਨੇ ਆ ਕੇ ਦੱਸਿਆ ਵੀ ਸਾਡੇ ਕੋਲ ਕੱਲ੍ਹ ਕੋਈ ਜਦੋਂ ਸ਼ਾਮੀ ਉਹ ਕੰਬਾਈਨ ਲੈ ਕੇ ਜਾ ਰਹੇ ਸੀਗੇ ਆਨੰਦਪੁਰ ਕਲੋੜ ਦੇ, ਉੱਥੇ ਕੋਈ ਬਿਜਲੀ ਦੀਆਂ ਤਾਰਾਂ ਸ਼ਾਰਟ ਸਰਕਟ ਹੋ ਗਈਆਂ, ਉਹਦੇ ਤਾਰਾਂ ਦੇ ਪੈਸੇ ਮੰਗ ਰਹੇ ਸੀ ਇੱਕ ਜੇਈ ਨੇ
दीप सिंह जी ते संबंध विच ही पहला 15,000 च उन्होंने गल की करते कराते 5,000 च फाइनल हो गया जी। फिर वो जो फाइनल कर साडे नाल सलाह की फिर असीं ਉਹਦੀ ਫੋਟੋ ਸਟਾਰਟ ਕਰਕੇ ਨੋਟਾਂ ਦੀ ਜਿਹੜੇ 10 ਨੋਟ ਸੀਗੇ ਉਹ ਉਹਨਾਂ ਨੂੰ ਫਿਰ ਭੇਜਿਆ ਉਹ ਜਾ ਕੇ ਫੜਾ ਕੇ ਆਏ ਫਿਰ ਅਸੀਂ ਉਹਨੂੰ ਜਿਹੜਾ ਸੀਗਾ ਹੁਣ ਜੇਈ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਉੱਥੇ ਅਸੀਂ PC ਐਕਟ ਦਾ ਪਰਚਾ ਦਿੱਤਾ 7 PC ਐਕਟ ਦਾ ਅਤੇ ਆਹ ਕੰਮ ਹੈ ਜੀ ਠੀਕ ਕਿਹਦੀ ਸ਼ਿਕਾਇਤ 'ਤੇ ਦਰਜ ਹੋਇਆ ਜੀ ਇਹ ਸਤਨਾਮ ਸਿੰਘ ਦੀ ਸ਼ਿਕਾਇਤ ਠੀਕ ਹੈ ਕਿਹੜੇ ਮਹਿਕਮੇ ਦਾ ਜਾਈਆ ਜੀ ਇਹ ਬਿਜਲੀ ਬੋਰਡ ਦਾ ਸਰ